सब्सक्राइब करो पंजाबी रियल टीवी। ट्रेलवी नप दो। नप दो। हेलो जी, माय नेम इज रणवीर सिंह एंड शी इज दिलप्रीत कौर। सत श्री अकाल। ते आणे पता नहीं कौन बह गए बिच आ गए। मैं तो गया ही, असी नहीं इन्हां नाल वीडियो बनानी। ये कहंदे कोई गल नहीं, गरीब है तरस कर लो। मैं कहा चल बिठा देने, पर कोई इदां दी गल नहीं गी। एवें बस वीडियो फ्रेम खराब कर रहे यार। तुहानूं की पसंद आया इन्हां च? उत्ते जाके उहदे सिर च बिठाता इन्हां ने। ਉਹ ਡਿੱਗੀ ਜਾਂਦਾ ਉੱਲੂ ਦਾ ਪੱਠਿਆ। ਰੈਬਿਟ ਹੈ, ਰੈਬਿਟ। ਇਹਦੇ 'ਚ ਉੱਲੂ ਪਤਾ ਕੌਣ ਸੀ? ਉੱਲੂ ਇਹ ਹੈ ਅਤੇ ਇਹ ਇਹਦਾ ਪੱਠਾ। ਐਨੀਵੇਜ਼, ਵੀਡੀਓ ਕਰਾਂਗੇ ਸ਼ੁਰੂ, ਕਿਉਂਕਿ ਇਹਨਾਂ ਨੂੰ ਬਹੁਤ ਆਦਤ ਹੈ, ਬੋਲਦੇ ਰਹਿੰਦੇ ਆ। ਸੋ ਅੱਜ ਦੀ ਵੀਡੀਓ ਵਿੱਚ ਆਪਾਂ ਦੇਖਾਂਗੇ ਕਲਾਮ ਮੀਆਂ ਮੁਹੰਮਦ ਬਖਸ਼ ਜੀ। ਸੋ ਇੱਕ ਬੱਚਾ ਹੈ, ਇਹ ਕਲਾਮ ਪੜ੍ਹ ਰਿਹਾ ਅਤੇ ਕਿਸੇ ਨੇ ਵੀਡੀਓ ਭੇਜੀ ਹੈ, ਕਹਿੰਦੇ ਵੀ ਇਹਨਾਂ ਨੇ ਬਹੁਤ ਅੱਛਾ ਪੜ੍ਹਿਆ। ਸੋ ਵੀਡੀਓ ਦੇਖਾਂਗੇ, ਪਰ ਉਸ ਤੋਂ ਪਹਿਲਾਂ ਆਪਣੇ ਚੈਨਲ ਨੂੰ ਕਰ ਦਿਉ ਸਬਸਕ੍ਰਾਈਬ, ਹਿੱਟ ਦਾ ਬੈਲ ਆਈਕਨ ਐਜ਼ ਵੈਲ, ਤਾਂ ਜੋ ਨੋਟੀਫਿਕੇਸ਼ਨ ਤੁਹਾਡੇ ਫੋਨ ਨੂੰ ਤੁਹਾਨੂੰ ਮਿਲ ਜਾਣ। ਸੋ ਹੁਣ ਕਰਾਂਗੇ ਵੀਡੀਓ ਸ਼ੁਰੂ ਬਿਨਾਂ ਕਿਸੇ ਟਾਈਮ ਵੇਸਟ ਦੀ। ਯੈਸ, ਲੈਟ ਗੈਟ ਸਟਾਰਟਡ। ਮੈਂ ਨੀਵਾ ਮੇਰਾ ਮੁਰਸ਼ਦਿਓ ਜਾਨ, ਇੱਕ ਲਾਮ ਆਪਾਂ ਅੱਗੇ ਵੀ ਸੁਣਾਂਗੇ। ਤੇਰਾ ਉੱਚਿਆਂ ਦੇ ਸੰਗ ਲਾਈ, ਜਿਨ੍ਹਾਂ ਨੀਵਿਆਂ ਨਾਲ ਨਿਭਾਏ ਮੁਰਸ਼ਦ ਦਾ ਖਾਨਾ ਕਾਬਾ, ਤੇ ਹਜ ਜ਼ਰੂਰੀ ਕਰੀਏ ਉਹ ਤਕਵਾ ਰੱਖ ਮਹਿਬੂਬਾ ਵਾਲਾ, ਤੇ ਚੱਲ ਦਵਾ ਉੱਚੀ ਨਾ ਲੰਮੀ ਨਾ ਟਾਲੀ। ਆਹ ਜਿਹੜਾ ਇੰਨਾ ਉੱਚਾ ਸਕੇਲ ਜਾਂਦਾ ਨਾ, ਬ੍ਰਿਲੀਅੰਟ। ਛਾਵਾਂ ਉਹ ਹਰ ਇੱਕ ਚੀਜ਼ ਬਾਜ਼ਾਰੋਂ ਲੱਭਦੀ ਪਰ ਨਹੀਂ ਲੱਭਦੀ ਉਹ ਹਰ ਇੱਕ ਚੀਜ਼ ਬਾਜ਼ਾਰੋਂ ਲੱਭਦੀ ਪਰ ਨਹੀਂ ਲੱਭਦੀ ਮੈਥੋਂ ਬੁਰਾ ਨਾ ਕੋਈ, ਤੇ ਮੈਥੋਂ ਬੁਰਾ ਨਾਮ ਕੋਈ ਚੰਗੀ ਮੰਦੀ ਉਹ ਸੱਜਣਾ ਕੋਲੋਂ ਤੇ ਸੋ ਵਾਰੀ ਹੋ ਜਾਂਦੀ ਪਰ ਯਾਰ ਯਾਰਾਂ ਦਾ ਗਿਲਾ ਅਸਲ ਪ੍ਰੀਤ ਜਿਨ੍ਹਾਂ ਦੇ ਦੁਸ਼ਮਣ ਮਰੇ ਤੇ ਖੁਸ਼ੀ ਨਾ ਕਰੀਏ ਉਹ ਤੇ ਸਜਣਾ ਵੀ ਮਰ
ਅਤੇ ਓਡਕ ਨੂੰ ਡੁੱਬ ਜਾਣਾ। ਗਾਇਜ਼ ਇਹ ਸੀ ਅੱਜ ਦੀ ਵੀਡੀਓ ਤੇ ਯਾਰ ਮੈਨੂੰ ਅਫਸੋਸ ਹੋ ਰਿਹਾ ਕਿ ਵੀਡੀਓ ਖਤਮ ਕਿਉਂ ਹੋ ਗਈ। ਇੰਨੇ ਮੀਨਿੰਗਫੁਲ ਜੋ ਕਲਾਮ ਹੈ ਇੰਨਾ ਵਧੀਆ ਇਹਨਾਂ ਨੇ ਮਾਹੌਲ ਸਿਰਜਤਾ ਅਤੇ ਬੱਚੇ ਨੇ ਇੰਨਾ ਸੋਹਣਾ ਪੜ੍ਹਿਆ ਯਾਰ। ਇੰਨੀ ਵਧੀਆ ਇਹਦੀ ਗਾਇਕੀ ਹੈ, ਇੰਨੀ ਵਧੀਆ ਆਵਾਜ਼ ਹੈ ਨਾ, ਕਿਆ ਉੱਚਾ ਸਕੇਲ ਲਗਾਇਆ, ਕਿਆ ਵਿੱਚ ਗਰਾਰੀਆਂ ਲਗਾ ਰਿਹਾ। ਅਤੇ ਉਸ ਤੋਂ ਬਾਅਦ ਸੱਚੀ ਫੈਨ ਹੈ ਯਾਰ ਮੀਆਂ ਮੁਹੰਮਦ ਬਖਸ਼ ਦੇ, ਵਾਕਈ ਕਿੰਨੇ ਸੋਹਣੇ ਕਲਾਮ ਲਿਖੇ ਉਹਨਾਂ ਨੇ। ਮਤਲਬ ਇੰਨੀ ਸੋਹਣੀ ਆਵਾਜ਼ ਕਿਵੇਂ ਹੋ ਸਕਦੀ ਹੈ ਕਿਸੇ ਦੀ? ਹਾਂ ਬਿਲਕੁਲ, ਇਹਨਾਂ ਦੀ ਆਵਾਜ਼ ਵੀ ਮੁੰਡੇ ਇਹਨਾਂ ਇਹਨਾਂ ਨੇ ਕੋਈ ਮਤਲਬ ਮਾਈਕ ਵਗੈਰਾ ਯੂਜ਼ ਕੁਛ ਨਹੀਂ ਕੀਤਾ। ਇੰਨੀ ਸੋਹਣੀ ਆਵਾਜ਼ ਤੇ ਮੈਨੂੰ ਡੈਫੀਨੇਟਲੀ 100% ਯਕੀਨ ਹੈ ਕਿ ਬੰਦਾ ਸਿੱਖਿਆ ਵੀ ਨਹੀਂ ਕਿਤੋਂ। ਪਾਕਿਸਤਾਨ ਦੇ ਵਿੱਚ ਇੱਦਾਂ ਦੇ ਲੋਕ ਹੈ ਜਿਨ੍ਹਾਂ ਦੇ ਵਿੱਚ ਟੈਲੈਂਟ ਨਾ ਯਾਰ ਘਰ ਘਰ ਵਿੱਚ ਟੈਲੈਂਟ ਹੈ, ਮਤਲਬ ਖਾਸ ਕਰਕੇ ਸਿੰਗਿੰਗ ਦਾ, ਸੂਫੀ ਸਿੰਗਿੰਗ ਦਾ ਨਾ ਕਲਾਬਾਜੀ ਬਹੁਤ ਹੈ। ਕਲਾਮ ਤਾਂ ਮਤਲਬ ਸਾਰੇ ਗਾ, ਹਾਂ ਮੈਨੂੰ ਇਹੀ ਲੱਗਦਾ ਕਲਾਮ ਤਾਂ ਲਗਭਗ ਉੱਥੋਂ ਤਾਂ ਬੱਚਾ ਬੱਚਾ ਪੜ੍ਹ ਲੈਂਦਾ ਯਾਰ ਲੱਗਦਾ ਹੈ ਨਾ। ਅਤੇ ਇਹਦੇ ਵਿੱਚ ਮਤਲਬ ਕਿ ਕੋਈ ਉਹ ਨਹੀਂ ਹੈ, ਬਹੁਤ ਵਧੀਆ ਗੱਲ ਹੈ ਇਹ, ਕਿਉਂਕਿ ਇੱਕ ਤਾਂ ਕਲਾਮ ਧਾਰਮਿਕ ਬਿਲਕੁਲ, ਨਾਲੇ ਇਹਨਾਂ ਦੇ ਜਿਹੜੇ ਜਿੰਨੇ ਵੀ ਮੀਆਂ ਮੁਹੰਮਦ ਬਖਸ਼ ਦੇ ਕਲਾਮ ਨਾ ਸਾਰੇ ਮੋਟੀਵੇਸ਼ਨਲ ਆ, ਇੰਸਪੀਰੇਸ਼ਨਲ ਆ, ਅਤੇ ਮਤਲਬ ਇੰਨੇ ਸੈਂਸਿਟਿਵ ਆ, ਇੰਨੇ ਉਹਨਾਂ ਨੇ ਰਿਸ਼ਤਿਆਂ ਦੇ ਨਾਲ ਰਿਸ਼ਤਿਆਂ ਬਾਰੇ ਗੱਲ ਕਰਦੇ ਆ ਉਹ, ਮਤਲਬ ਕਿ ਲੋਕਾਂ ਦੀ ਸੱਚਾਈ ਦੀ ਗੱਲ ਕਰਦੇ ਆ ਹੈ ਨਾ। ਹੁਣ ਕਹਿੰਦੇ ਬਾਜ਼ਾਰੋਂ ਮਤਲਬ ਕਿ ਤੁਹਾਨੂੰ ਸਭ ਕੁਛ ਮਿਲ ਜਾਂਦਾ ਪਰ ਕਿੱਥੋਂ ਲੱਭੋਗੇ ਮਾਵਾਂ, ਹੈ ਨਾ। ਮਤਲਬ ਕਿਆ ਬਾਤ ਹੈ, ਕਿਆ ਗੱਲ ਹੈ ਯਾਰ ਇਹ, ਮਤਲਬ ਯੂ ਨੋ, ਮਤਲਬ ਦਿਲ ਤੱਕ ਵੱਜਦੀ ਗੱਲ ਜੇ ਤੁਸੀਂ ਧਿਆਨ ਨਾਲ ਇਹਨੂੰ ਫੀਲ ਕਰਕੇ ਦੇਖੋ ਇੱਕ ਵਾਰੀ। ਇੱਦਾਂ ਦੀਆਂ ਕਲਮਾਂ ਯਾਰ ਸੌਖੀਆਂ ਨਹੀਂ ਲਿਖੀਆਂ ਜਾਂਦੀਆਂ ਅੱਜ ਕੱਲ੍ਹ, ਮੈਨੂੰ ਲੱਗਦਾ ਨਹੀਂ ਵੀ ਇੱਦਾਂ ਦੀਆਂ ਕਲਮਾਂ ਹੈਗੀਆਂ ਹੈ ਵੀ ਜਿਹੜੇ ਲੋਕ ਮਤਲਬ ਕਿ ਜਿਹੜਾ ਇੰਨਾ ਵਧੀਆ ਲਿਖ ਸਕਣ। ਬਹੁਤ ਟਾਵੇਂ ਟਾਵੇਂ ਜਿਹੇ ਆ ਅੱਜ ਕੱਲ੍ਹ ਇੱਦਾਂ ਦੇ ਰਾਈਟਰ ਜਿਹੜੇ ਇਹੋ ਜਿਹਾ ਕੁਛ ਲਿਖ ਸਕਣ, ਹੈ ਨਾ। ਬਿਲਕੁਲ ਨਾ, ਸੋ ਮੈਨੂੰ ਤਾਂ ਬਹੁਤ ਅੱਛਾ ਲੱਗਾ ਕਲਾਮ ਯਾਰ, ਇੰਨਾ ਵਧੀਆ ਇਹਨਾਂ ਨੇ ਪੜ੍ਹਿਆ। ਆਪਾਂ ਅੱਗੇ ਵੀ ਕਿੰਨੀਆਂ ਵੀ ਵੀਡੀਓਜ਼ ਦੇਖੀਆਂ, ਅੱਗੇ ਵੀ ਆਪਾਂ ਹਾਂਜੀ ਸਾਰੇ ਵਧੀਆ ਹੁੰਦੇ ਆ। ਗਲਾ ਕਿੰਨਾ ਖੁੱਲਾ ਹੋਇਆ ਇਹਨਾਂ ਦਾ ਜਦੋਂ ਕਲਾਮ ਪੜ੍ਹਦੇ ਆ ਨਾ, ਇਹ ਇੱਦਾਂ ਪੜ੍ਹਦੇ ਵੀ ਹਾਂ ਜਿਵੇਂ ਬਸ ਪਿਛਲੀ ਆਵਾਜ਼ ਦਾ ਗਾਇਬ, ਜਿਵੇਂ ਬੱਚੇ ਚਿੱਕਾਂ ਮਾਰੀ ਜਾਂਦੇ ਸੀ। ਹਾਂ ਉਹ ਧਿਆਨ ਗਿਆ ਹੀ ਨਹੀਂ ਉਧਰ। ਹਾਂਜੀ ਜਮਾ ਇੱਥੇ ਰਿਹਾ ਧਿਆਨ, ਆਵਾਜ਼ ਵੀ ਮਤਲਬ ਜਮਾ ਚੇਂਜ ਚੂੰਜ ਨਹੀਂ ਹੋਈ, ਮਤਲਬ ਪਤਾ ਨਹੀਂ ਕਿੰਨੀ ਵਧੀਆ ਹੁੰਦੀ ਹੈ ਹਰੇਕ ਬੰਦੇ ਦੀ। ਸਹੀ ਹੈ, ਐਂਡ ਇੰਨਾ ਖੁੱਲ੍ਹ ਕੇ ਗਾਇਆ ਨਾ ਬੱਚੇ ਨੇ, ਮਤਲਬ ਇਹਨੇ ਕੋਈ ਇੰਨਾ ਕੌਨਫੀਡੈਂਸ ਦੇਖੋ ਬੰਦੇ ਨੇ, ਕੋਈ ਐਂ ਝਿਜਕਿਆ ਨਹੀਂ। ਅਤੇ ਮੇਰੇ ਖਿਆਲ ਜੇਕਰ ਇਹ ਕਲਾਮ ਦੀ ਜਗ੍ਹਾ, ਕਲਾਮ ਪੜ੍ਹਿਆ ਨਾ ਜਿੱਦਾਂ ਇਹਨਾਂ ਨੇ ਹੁਣ, ਪਰ ਕਲਾਮ ਦੀ ਜਗ੍ਹਾ ਸ਼ਾਇਦ ਇਹ ਸੌਂਗ ਵਗੈਰਾ ਗਾਉਂਦੇ ਨਾ, ਅਤੇ ਮੇਰੇ ਖਿਆਲ ਇੰਨਾ ਕੌਨਫੀਡੈਂਸ ਨਹੀਂ ਦਿਖਣਾ ਸੀ ਆਪਾਂ ਨੂੰ ਜਿੰਨਾ ਇਹਨਾਂ ਨੇ ਕਲਾਮ ਦੇ ਵਿੱਚ ਦਿਖ ਰਿਹਾ। ਹਾਂਜੀ ਕਿਉਂਕਿ ਇਹਨਾਂ ਦੀ ਫੀਲਿੰਗ ਜੁੜੀ ਹੁੰਦੀ ਹੈ ਉਸ ਚੀਜ਼ ਨਾਲ, ਹੈ ਨਾ। ਅਤੇ ਜਿਵੇਂ ਆਪਾਂ ਆਸੇ ਪਾਸੇ ਦੇਖ ਰਹੇ, ਸ਼ਾਇਦ ਇਹ ਖਾਲੀ ਪਲਾਟ ਹੈ, ਇੱਕ ਛੋਟੀ ਜਿਹੀ ਗਲੀ ਹੈ, ਅਤੇ ਦੇਖੋ ਕਿੰਨਾ ਦੇਸੀ ਕੰਮ ਆ ਨਾ। ਅਤੇ ਆਪਾਂ ਤਾਂ ਫੈਨ ਹੈ ਯਾਰ ਇਸ ਕੰਮ ਦੇ, ਮਤਲਬ ਕਿ ਜਿੱਦਾਂ ਨੋਰਮਲ ਗਲੀ 'ਚ ਇੱਕ ਬੰਦੇ 4 ਮੁੰਡੇ ਖੜ੍ਹੇ ਹੈ, ਅਤੇ ਉਹਨਾਂ ਨੇ ਇੱਕ ਨੇ ਫੋਨ ਕੱਢਿਆ, ਚੱਲ ਯਾਰ ਕਲਾਮ ਪੜ੍ਹ ਦਊ, ਮੈਂ ਤੇਰੀ ਵੀਡੀਓ ਬਣਾਉਣਾ। ਚਲੋ ਚੰਗੇ ਪਾਸੇ ਜਾ ਰਹੇ, ਚੰਗੇ ਪਾਸੇ ਜਾ ਰਹੇ ਡੈਫੀਨੇਟਲੀ। ਨਹੀਂ ਤਾਂ ਅੱਜ ਕੱਲ੍ਹ ਕੀ ਹੈ ਯਾਰ, ਮੁੰਡੇ ਅੱਜ ਕੱਲ੍ਹ ਦੇ ਇੱਦਾਂ ਛੋਟੇ ਛੋਟੇ ਬੱਚੇ ਆ ਜਿਹੜੇ, ਉਹ ਨਸ਼ਿਆਂ ਵੱਲ ਇੰਨੇ ਗਰਕ ਹੋਏ ਪਏ ਆ, ਠੀਕ ਆ। ਇੱਧਰ ਦੇ ਪੰਜਾਬ ਵਿੱਚ ਤੁਹਾਨੂੰ ਪਤਾ ਬੁਰਾ ਹਾਲ ਹੋਇਆ ਪਿਆ ਨਸ਼ਿਆਂ ਨਾਲ, ਹੁਣ ਥੋੜ੍ਹਾ ਜਿਹਾ ਕੰਮ ਘਟਿਆ, ਬਟ ਪਹਿਲਾਂ ਪਿੱਛੇ ਜੇ 2 ਸਾਲ ਪਹਿਲਾਂ ਤਾਂ ਇੰਨਾ ਨਰਕ ਵੱਜ ਚੁੱਕਿਆ ਸੀਗਾ। ਛੋਟੇ ਛੋਟੇ ਬੱਚੇ ਚਿੱਟਾ ਲਾ ਰਹੇ ਆ, ਹੈ ਨਾ, ਕਿੰਨਾ ਨਸ਼ਾ ਕਰ ਰਹੇ ਆ। ਵਧੀਆ ਗੱਲ ਹੈ ਕਿ ਬਚੇ ਆ ਇਸ ਚੀਜ਼ ਤੋਂ, ਹੈ ਨਾ, ਬਚੋ ਜਿੰਨਾ ਬਚ ਸਕਦੇ ਹੋ। ਸੋ ਇਹ ਤਾਂ ਜਿਹੜੇ ਕਲਾਮ ਵੱਡੇ ਪੜ੍ਹਦੇ ਹਨ, ਹਾਂਜੀ, ਉਹਨਾਂ ਦੀ ਵਧੀਆ ਚੀਜ਼ ਗੱਲ ਹੈ। ਉਹਨਾਂ ਦੇ ਲੈਵਲ ਦਾ ਗਾਇਆ, ਮਤਲਬ ਪੜਿਆ ਅੱਜ ਮੁੰਡੇ ਨੇ, ਜਿਹੜੇ ਆਪਾਂ ਅੱਗੇ ਦੇਖਦੇ ਹਾਂ ਇੱਕ ਜਿੰਨਾ। ਹਾਂਜੀ ਹਾਂਜੀ, ਕਿਉਂ ਮਤਲਬ ਉਹਨਾਂ ਨੂੰ ਵੇਖ ਵੇਖ ਕੇ ਜਿਵੇਂ ਸ਼ੌਂਕ ਜਿਹਾ ਪੈਦਾ ਹੁੰਦਾ ਅੱਜ ਕੱਲ ਦੀ ਜਨਰੇਸ਼ਨ। ਜੇ ਮੈਂ ਚਾਹੁੰਦੀ ਹਾਂ ਵੀ ਹਾਂ ਇੱਦਾਂ, ਮਤਲਬ ਉਹਨਾਂ ਨੂੰ ਕੌਨਫੀਡੈਂਸ ਜਾਂਦਾ ਹੈ ਵੀ ਉਹ ਸਾਡੇ ਵੱਡੇ ਪੜ੍ਹ ਰਹੇ ਆ, ਅਸੀਂ ਵੀ ਮਤਲਬ ਸ਼ੌਂਕ ਜਿਹਾ ਪੈਦਾ ਹੁੰਦਾ। ਬਿਲਕੁਲ, ਫਿਰ ਉਹ ਸੁਣਦੇ ਆ, ਆਪ ਬੋਲਦੇ ਆ ਤੇ ਚੰਗੀ ਗੱਲਾਂ ਬੋਲਦੇ ਆ। ਯਾ ਸਹੀ ਹੈ, ਮਤਲਬ ਉਹੀ ਗੱਲ ਹੈ ਨਾ ਵੀ ਜਿਵੇਂ ਹੁਣ ਅੱਜ ਇਹ ਮੁੰਡੇ ਨੇ ਗਾਇਆ, ਇਹਦੀ ਵੀਡੀਓ ਨੈੱਟ 'ਤੇ ਵਾਇਰਲ ਹੋ ਗਈ, ਠੀਕ ਹੈ। ਇਹ ਬੰਦੇ ਨੂੰ ਪਤਾ ਲੱਗਾ ਕਿ ਮੇਰੀ ਵੀਡੀਓ ਵਾਇਰਲ ਹੋ ਗਈ, ਅਤੇ ਇਹਨੂੰ ਆਪਣੇ ਆਪ ਕੌਨਫੀਡੈਂਸ ਆਊਗਾ ਨਾ, ਮੈਂ ਇੱਕ ਹੋਰ ਪਾਵਾਂ ਯਾਰ, ਹੈ ਨਾ, ਵੀ ਕਲਾਮ ਹੀ ਪਾਵਾਂ। ਹਾਂ
ਸੋ ਇਹ ਗੱਲਾਂ ਮੈਟਰ ਕਰਦੀਆਂ ਹੁੰਦੀਆਂ ਗਾਈ ਸੋ ਤਾਂ ਹੀ ਅਸੀਂ ਕਹਿੰਦੇ ਹੁੰਦੇ ਹਾਂ ਕਿ ਜਿਹੜੇ ਇੱਦਾਂ ਦੇ ਬੱਚੇ ਆ ਇੱਦਾਂ ਦਾ ਕੋਈ ਟੈਲੈਂਟ ਹੈ ਕੋਈ ਸਟਰੀਟ ਸਿੰਗਰ ਆ ਉਹਨਾਂ ਨੂੰ ਪਲੀਜ਼ ਸਪੋਰਟ ਕਰਿਆ ਕਰੋ ਤੁਸੀਂ ਸਪੋਰਟ ਕਿਵੇਂ ਕਰਨੀ ਆ ਸਿਰਫ ਇੱਕ ਸ਼ੇਅਰ ਕਰਨਾ ਹੈ ਨਾ ਤੁਹਾਡੇ ਤੋਂ ਕੋਈ ਹੋਰ ਕੋਈ ਕਿਸੇ ਨੂੰ ਤੁਸੀਂ ਕੋਈ ਪੈਸਾ ਨਹੀਂ ਲਗਾਉਣਾ ਤੁਸੀਂ ਕੋਈ ਆਪਣਾ ਟਾਈਮ ਨਹੀਂ ਦੇਣਾ ਸ਼ੇਅਰ ਕਰਨ ਦੇ ਵੱਧ ਤੋਂ ਵੱਧ ਗਾਈ 3-4 ਸੈਕਿੰਡ ਲੱਗਦੇ ਆ ਠੀਕ ਹੈ ਤਾਂ ਜਸਟ ਇੱਕ ਸ਼ੇਅਰ ਕਰਨਾ ਤੁਸੀਂ ਹੋਰ ਕੁਛ ਨਹੀਂ ਅਤੇ ਇੰਨੇ ਕੁ ਨਾਲ ਤੁਹਾਡੇ ਨਾਲ ਇਹਨੂੰ ਦੇਖੋ ਕਿੰਨੀ ਸਪੋਰਟ ਮਿਲ ਜਾਏਗੀ ਇਹ ਬੰਦਾ ਵਾਇਰਲ ਹੋ ਜੂਗਾ ਇਹਨੂੰ ਦੁਨੀਆ 'ਚ ਚਾਂਸ ਮਿਲੇਗਾ ਅੱਗੇ ਵਧਣ ਦਾ ਹੈ ਕਿ ਨਹੀਂ ਸੋ ਪਲੀਜ਼ ਗਾਈਜ਼ ਇੱਦਾਂ ਦੀ ਚੀਜ਼ਾਂ ਨੂੰ ਸਪੋਰਟ ਕਰਿਆ ਕਰੋ ਨਾਲੇ ਇਹ ਕਿਹੜਾ ਕੋਈ ਮਤਲਬ ਕਿ ਉੱਦਾਂ ਦੇ ਗਾਣੇ ਆ ਜਿਹੜੇ ਤੁਸੀਂ ਸ਼ੇਅਰ ਨਹੀਂ ਕਰ ਸਕਦੇ ਆਪਦੇ ਫੇਸਬੁੱਕ ਵਟਸਐਪ 'ਤੇ ਬਹੁਤ ਚੰਗੀ ਚੀਜ਼ ਆ ਸ਼ੇਅਰ ਕਰ ਸਕਦੇ ਆ ਸੋ ਬੇਝਿਜਕ ਹੋ ਕੇ ਸ਼ੇਅਰ ਕਰੋ ਸੋ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਜਿਨ੍ਹਾਂ ਨੇ ਹਜੇ ਤੱਕ ਨਹੀਂ ਕੀਤਾ ਅਤੇ ਪੰਜਾਬੀ ਰੀਲ ਟੀ ਵੀ ਆਪਣਾ ਇੰਸਟਾਗ੍ਰਾਮ ਦਾ ਅਕਾਊਂਟ ਹੈ ਫੋਲੋ ਕਰੋ ਯਾਰ ਜ਼ਰੂਰ ਮੈਂ ਹਮੇਸ਼ਾ ਹਰ ਵੀਡੀਓ ਦੇ ਵਿੱਚ ਅਸੀਂ ਬੋਲਦੇ ਹਾਂ ਪਰ ਤੁਸੀਂ ਫੋਲੋ ਨਹੀਂ ਕਰ ਰਹੇ ਫੋਲੋ ਕਰੋ ਨਾ ਉੱਥੇ ਵੀ ਉੱਧਰ ਆਓ ਅਤੇ ਉੱਥੇ ਤੁਹਾਨੂੰ ਦਿਖਾਈਏ ਉੱਧਰ ਵੀ ਕੰਟੈਂਟ ਬਹੁਤ ਮਿਲੇਗਾ ਤੁਹਾਨੂੰ ਇੰਸਟਾਗ੍ਰਾਮ 'ਤੇ ਸਟੋਰੀਜ਼ ਰਿਸਪੋਂਸ ਮਿਲੇਗਾ ਕਿਉਂ ਇੰਨੇ ਹੁੰਦੇ ਆ ਅਤੇ ਲਾਈਵ ਵੀਡੀਓਜ਼ ਕਰਾਂਗੇ ਆਪਾਂ ਬਹੁਤ ਕੁਝ ਕਰਾਂਗੇ ਸੋ ਪਲੀਜ਼ ਹੁਣ ਇੰਸਟਾਗ੍ਰਾਮ ਨੂੰ ਵੀ ਫੋਲੋ ਕਰ ਲਓ ਅਤੇ ਅਸੀਂ ਮਿਲਾਂਗੇ ਤੁਹਾਨੂੰ ਕਿਸੇ ਹੋਰ ਵੀਡੀਓ ਦੇ ਵਿੱਚ ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਅਤੇ ਚੱਕੀ ਰੱਖੋ ਇੱਦਾਂ ਹੀ ਕੰਮ